ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲ ਸਟੱਡੀ ਫੋਰ ਜੋਬ ਦੇ ਵਿੱਚ। ਆਪਣੀ ਕਲਾਸ ਚੱਲ ਰਹੀ ਸੀ ਹਿਸਟਰੀ ਦੀ, ਜਿਸ ਦੇ ਵਿੱਚ ਅਸੀਂ ਤੁਹਾਨੂੰ ਪਿੱਛੇ ਕੁਸ਼ਚਨ ਕਰਾ ਚੁੱਕੇ ਹਾਂ। ਆਓ ਅੱਜ ਕਰਦੇ ਹਾਂ ਅਸੀਂ ਅੱਜ ਦੀ ਕਲਾਸ ਆਪਣੀ ਅਗਲੇ ਕੁਸ਼ਚਨ। ਆਪਦਾ ਫਸਟ ਕੁਸ਼ਚਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਪਸ਼ੂ ਸਿੱਧੂ ਘਾਟੀ ਦੀ ਸੱਭਿਅਤਾ ਵਿੱਚ ਜ਼ਿਆਦਾ ਮਹੱਤਵਪੂਰਨ ਨਹੀਂ ਸੀ? ਹੇਠ ਲਿਖਿਆਂ ਵਿੱਚੋਂ ਕਿਹੜਾ ਪਸ਼ੂ ਸਿੱਧੂ ਘਾਟੀ ਦੀ ਸੱਭਿਅਤਾ ਵਿੱਚ ਜ਼ਿਆਦਾ ਮਹੱਤਵਪੂਰਨ ਨਹੀਂ ਸੀ? ਇਸ ਕੁਸ਼ਚਨ ਦਾ ਜਿਹੜਾ ਰਾਈਟ ਆਂਸਰ ਆਊਗਾ ਜੀ ਆਪਣਾ, ਉਹ ਆਊਗਾ ਨੰਬਰ 3, ਘੋੜਾ। ਨੈਕਸਟ, ਸਿੱਧੂ ਘਾਟੀ ਦੇ ਲੋਕਾਂ ਦੀ ਲਿਪੀ ਸੀ, ਸਿੱਧੂ ਘਾਟੀ ਦੇ ਲੋਕਾਂ ਦੀ ਜਿਹੜੀ ਲਿਪੀ ਸੀਗੀ ਉਹ ਕਿਵੇਂ ਸੀਗੀ? ਹੁਣ ਤੱਕ ਨਹੀਂ ਸਮਝੀ ਜਾ ਸਕੀ ਇਹ ਇੱਕ ਵੈਦਿਕ ਭਾਸ਼ਾ ਸੀ, ਤਸਵੀਰਾਂ ਅਤੇ ਚਿੱਤਰਾਂ ਦੁਆਰਾ ਦਰਸਾਇਆ ਜਾਂਦਾ ਸੀ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਇਸ ਕੁਸ਼ਚਨ ਦਾ ਰਾਈਟ ਆਂਸਰ ਆਊਗਾ ਜੀ ਆਪਣਾ, ਉਹ ਆਊਗਾ ਨੰਬਰ 3, ਕਿਉਂਕਿ ਇੱਕ ਅਜਿਹੀ ਲਿਪੀ ਸੀ ਜਿਹਨੂੰ ਚਿੱਤਰਾਂ ਅਤੇ ਤਸਵੀਰਾਂ ਦੁਆਰਾ ਦਰਸਾਇਆ ਜਾਂਦਾ ਸੀ। ਨੈਕਸਟ, ਮਹਿੰਜੋਦੜੋ ਦਾ ਸਥਾਨਕ ਨਾਂ ਸੀ, ਮਹਿੰਜੋਦੜੋ ਦਾ ਸਥਾਨਕ ਨਾਂ ਸੀ, ਇਸਦਾ ਜਿਹੜਾ ਰਾਈਟ ਆਂਸਰ ਆਊਗਾ ਉਹ ਆਊਗਾ ਨੰਬਰ 3, ਇਸਨੂੰ ਮੁਰਦਿਆਂ ਦਾ ਟਿੱਲਾ ਵੀ ਕਿਹਾ ਜਾਂਦਾ ਹੈ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਸਿੱਧੂ ਘਾਟੀ ਦੀ ਸੱਭਿਅਤਾ ਦੀ ਮੁੱਖ ਵਿਸ਼ੇਸ਼ਤਾ ਦਰਸਾਉਂਦਾ ਹੈ? ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਸਿੱਧੂ ਘਾਟੀ ਦੀ ਸੱਭਿਅਤਾ ਦੀ ਮੁੱਖ ਵਿਸ਼ੇਸ਼ਤਾ ਦਰਸਾਉਂਦਾ ਹੈ? ਇਸ ਕੁਸ਼ਚਨ ਦਾ ਜਿਹੜਾ ਰਾਈਟ ਆਂਸਰ ਆਊਗਾ ਜੀ ਉਹ ਆਊਗਾ ਨੰਬਰ 1, ਪੱਕੀਆਂ ਇੱਟਾਂ ਦੀਆਂ ਇਮਾਰਤਾਂ। ਨੈਕਸਟ, ਰਿਗਵੈਦਿਕ ਧਰਮ ਦੀ ਮੁੱਖ ਵਿਸ਼ੇਸ਼ਤਾ ਸੀ, ਰਿਗਵੈਦਿਕ ਧਰਮ ਦੀ ਮੁੱਖ ਵਿਸ਼ੇਸ਼ਤਾ ਸੀ, ਇਸ ਕੁਸ਼ਚਨ ਦਾ ਜਿਹੜਾ ਰਾਈਟ ਆਂਸਰ ਆਊਗਾ ਜੀ ਉਹ ਆਊਗਾ ਨੰਬਰ 2, ਕੁਦਰਤ ਦੀ ਪੂਜਾ ਕਰਨਾ। ਨੈਕਸਟ, ਸਿੱਧੂ ਘਾਟੀ ਦੀ ਸੱਭਿਅਤਾ ਨੂੰ ਜਾਣਨ ਵੇਲੇ ਅਸੀਂ ਕਿਸ ਦੇ ਨਾਂ ਤੋਂ ਜਾਣੂ ਹੁੰਦੇ ਹਾਂ? ਸਿੱਧੂ ਘਾਟੀ ਦੀ ਸੱਭਿਅਤਾ ਨੂੰ ਜਾਣਨ ਵੇਲੇ ਅਸੀਂ ਕਿਸ ਦੇ ਨਾਮ ਤੋਂ ਜਾਣੂ ਹੁੰਦੇ ਹਾਂ? ਇਸ ਕੁਸ਼ਚਨ ਦਾ ਜਿਹੜਾ ਰਾਈਟ ਆਂਸਰ ਆਊਗਾ ਆਪਣਾ ਉਹ ਆਊਗਾ ਨੰਬਰ 2, ਸਰ ਮੋਰਟੀਮਰ ਵੀਲਰ। ਨੈਕਸਟ, ਸਿੱਧੂ ਘਾਟੀ ਦੀ ਸੱਭਿਅਤਾ ਫੈਲੀ ਹੋਈ ਸੀ, ਸਿੱਧੂ ਘਾਟੀ ਦੀ ਸੱਭਿਅਤਾ ਕਿੱਥੋਂ ਤੱਕ ਫੈਲੀ ਹੋਈ ਸੀ, ਆਪਾਂ ਏਰੀਏ ਦੱਸਣਾ। ਇਸ ਕੁਸ਼ਚਨ ਦਾ ਆਪਣਾ ਰਾਈਟ ਆਂਸਰ ਆਊਗਾ ਜੀ ਉਹ ਆਊਗਾ ਨੰਬਰ 2, ਪੰਜਾਬ, ਸਿੱਧ, ਰਾਜਸਥਾਨ, ਗੁਜਰਾਤ ਤੱਕ। ਪੰਜਾਬ, ਸਿੱਧ, ਰਾਜਸਥਾਨ, ਗੁਜਰਾਤ ਤੱਕ, ਸੋਰੀ। ਇਸ ਨੈਕਸਟ, ਸਿੱਧੂ ਘਾਟੀ ਦੇ ਲੋਕ ਪੂਜਾ ਕਰਦੇ ਸਨ, ਸਿੱਧੂ ਘਾਟੀ ਦੇ ਲੋਕ ਕਿਸ ਚੀਜ਼ ਦੀ ਪੂਜਾ ਕਰਦੇ ਸਨ? ਇਸ ਕੁਸ਼ਚਨ ਦਾ ਰਾਈਟ ਆਂਸਰ ਆਊਗਾ ਜੀ ਆਪਣਾ ਉਹ ਆਊਗਾ ਨੰਬਰ 1, ਆਊਗਾ ਬੈਲ। ਨੈਕਸਟ, ਸਿੱਧੂ ਘਾਟੀ ਦੀ ਸੱਭਿਅਤਾ ਗੈਰ ਆਰੀਅਨ ਸੀ ਕਿਉਂਕਿ ਇਹ ਸ਼ਹਿਰੀ ਸੀ, ਇਸਦੀ ਲਿਪੀ ਚਿੱਤਰਮਈ ਸੀ, ਇਸਦੀ ਖੇਤੀਬਾੜੀ ਕਿਫਾਇਤੀ ਸੀ, ਇਹ ਨਰਮਦਾ ਘਾਟੀ ਤੱਕ ਫੈਲੀ ਹੋਈ ਸੀ। ਸਿੱਧੂ ਘਾਟੀ ਦੀ ਸੱਭਿਅਤਾ ਗੈਰ ਆਰੀਅਨ ਸੀ, ਇਸ ਕੁਸ਼ਚਨ ਦਾ ਆਪਣਾ ਰਾਈਟ ਆਂਸਰ ਆਊਗਾ ਜੀ ਉਹ ਆਊਗਾ ਨੰਬਰ 2, ਇਸਦੀ ਲਿਪੀ ਚਿੱਤਰਮਈ ਸੀ। ਜਿਹੜੀ ਸਿੱਧੂ ਘਾਟੀ ਦੀ ਲਿਪੀ ਸੀ ਜੀ ਉਹ ਚਿੱਤਰਾਂ ਦੇ ਦੁਆਰਾ ਲਿਖੀ ਜਾਂਦੀ ਸੀ ਜੋ ਕਿ ਅੱਜ ਤੱਕ ਕਿਸੇ ਤੋਂ ਵੀ ਪੜ੍ਹੀ ਨਹੀਂ ਜਾ ਸਕੀ। ਨੈਕਸਟ, ਹੇਠ ਲਿਖਿਆਂ ਵਿੱਚੋਂ ਹੜੱਪਾ ਸੱਭਿਅਤਾ 'ਤੇ ਕਿਹੜਾ ਪ੍ਰਕਾਸ਼ ਪਾਉਂਦਾ ਹੈ? ਹੇਠ ਲਿਖਿਆਂ ਵਿੱਚੋਂ ਹੜੱਪਾ ਸੱਭਿਅਤਾ ਦੇ ਸੱਭਿਆਚਾਰ 'ਤੇ ਕਿਹੜਾ ਪ੍ਰਕਾਸ਼ ਪਾਉਂਦਾ ਹੈ? ਇੱਥੇ ਕੀਤੀ ਗੱਲ ਕੀਤੀ ਗਈ ਹੈ ਹੜੱਪਾ ਸੱਭਿਅਤਾ ਦੇ ਸੱਭਿਆਚਾਰ ਬਾਰੇ। ਇਸ ਕੁਸ਼ਚਨ ਦਾ ਜਿਹੜਾ ਰਾਈਟ ਆਂਸਰ ਆਊਗਾ ਉਹ ਆਊਗਾ ਨੰਬਰ 3, ਪੁਰਾਤੱਤਵ ਵਿਭਾਗ ਦੀਆਂ ਖੁਦਾਈਆਂ। ਪੁਰਾਤੱਤਵ ਵਿਭਾਗ ਦੀ ਖੁਦਾਈਆਂ ਤੋਂ ਸਿੱਧੂ ਜਿਹੜੇ ਹੜੱਪਾ ਸੱਭਿਆਚਾਰ ਦੀਆਂ ਬਹੁਤ ਸਾਰੀਆਂ ਆਪਾਂ ਨੂੰ ਜਾਣਕਾਰੀ ਮਿਲੀਆਂ ਨੇ। ਨੈਕਸਟ, ਉਪਨਿਸ਼ਦ ਪੁਸਤਕਾਂ ਹਨ, ਉਪਨਿਸ਼ਦ ਪੁਸਤਕਾਂ ਹਨ ਧਰਮ ਦੀਆਂ, ਯੋਗ ਦੀਆਂ, ਦਰਸ਼ਨ ਸ਼ਾਸਤਰ ਦੀਆਂ, ਕਾਨੂੰਨ ਦੀਆਂ। ਇਸ ਕੁਸ਼ਚਨ ਦਾ ਰਾਈਟ ਆਂਸਰ ਆਊਗਾ ਜੀ ਆਪਣਾ ਉਹ ਆਊਗਾ ਨੰਬਰ 3, ਦਰਸ਼ਨ ਸ਼ਾਸਤਰ ਦੀਆਂ। ਨੈਕਸਟ, ਰਿਗਵੈਦ ਵਿੱਚ ਸ਼ਾਮਿਲ ਹਨ ਇਸ ਕੁਸ਼ਚਨ ਦਾ ਰਾਈਟ ਆਂਸਰ ਆਊਗਾ ਜੀ ਆਪਣਾ ਉਹ ਆਊਗਾ ਨੰਬਰ 2, ਦੇਵਤਿਆਂ ਦੀ ਮਨੌਤ ਲਈ ਭਜਨ। ਦੇਵਤਿਆਂ ਨੂੰ ਮਨਾਉਣ ਦੇ ਲਈ ਜੋ ਭਜਨ ਲਿਖੇ ਗਏ ਨੇ ਉਹ ਰਿਗਵੈਦ ਦੇ ਵਿੱਚ ਸ਼ਾਮਿਲ ਨੇ। ਨੈਕਸਟ, ਵਰਣ ਅਤੇ ਜਾਤੀ ਵਿੱਚ ਮੁੱਖ ਅੰਤਰ ਇਹ ਹੈ, ਵਰਣ ਅਤੇ ਜਾਤੀ ਵਿੱਚ ਮੁੱਖ ਅੰਤਰ ਦੱਸਣਾ ਆਪਾਂ। ਇਸ ਕੁਸ਼ਚਨ ਦਾ ਰਾਈਟ ਆਂਸਰ ਆਊਗਾ ਉਹ ਨੰਬਰ 3, ਵਰਣ ਕੇਵਲ 4 ਹਨ ਜਦਕਿ ਜਾਤੀ ਕਈ ਹਨ, ਵਰਣ ਕੇਵਲ 4 ਹਨ ਜਾਤੀ ਕਈ ਨੇ। ਨੈਕਸਟ, ਵੈਦਿਕ ਸੱਭਿਆਚਾਰ ਦਾ ਭਾਰਤੀ ਇਤਿਹਾਸ 'ਤੇ ਮੁੱਖ ਪ੍ਰਭਾਵ ਸੀ, ਵੈਦਿਕ ਸੱਭਿਆਚਾਰ ਦਾ ਭਾਰਤੀ ਇਤਿਹਾਸ 'ਤੇ ਮੁੱਖ ਪ੍ਰਭਾਵ ਸੀ। ਇਸ ਕੁਸ਼ਚਨ ਦਾ ਰਾਈਟ ਆਂਸਰ ਆਊਗਾ ਜੀ ਆਪਣਾ ਉਹ ਹੋਊਗਾ ਨੰਬਰ 3, ਜਾਤ ਪਾਤ ਦੀ ਪਰਿਪੱਕਤਾ।
ਨੈਕਸਟ ਬ੍ਰਾਹਮਣ ਪੁਸਤਕਾਂ ਸੰਬੰਧਿਤ ਹਨ, ਬ੍ਰਾਹਮਣ ਪੁਸਤਕਾਂ ਸੰਬੰਧਿਤ ਹਨ। ਇਸ ਕੁਸ਼ਚਨ ਦਾ ਆਪਣਾ ਰਾਈਟ ਆਂਸਰ ਆਊਗਾ ਜੀ, ਉਹ ਆਊਗਾ ਨੰਬਰ 2, ਧਾਰਮਿਕ ਸੰਸਕਾਰਾਂ ਨਾਲ। ਧਾਰਮਿਕ ਸੰਸਕਾਰਾਂ ਦੇ ਨਾਲ ਬ੍ਰਾਹਮਣ ਪੁਸਤਕਾਂ ਨੇ ਸੀ ਉਹ ਸੰਬੰਧਿਤ ਸੀ। ਸੋ ਥੈਂਕ ਯੂ, ਆਸ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬਹੁਤ ਪਸੰਦ ਆਊਗੀ। ਸਾਡੀ ਨੈਕਸਟ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਸੋ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਸੋ ਥੈਂਕ ਯੂ।